ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਦੇ ਸੰਬੰਧ ਵਿੱਚ ਜੋ ਘਟਨਾਕ੍ਰਮ ਚੱਲ ਰਿਹਾ ਹੈ, ਅੱਜ 24 ਜਨਵਰੀ 2024 ਨੂੰ ਜਿਹੜੇ ਮਿਨਟਸ ਆਫ ਸੈਂਟੈਂਸ ਰਿਵਿਊ ਬੋਰਡ ਮੀਟਿੰਗ ਦੇ ਸੀਗੇ ਉਹ ਅਪਲੋਡ ਹੋ ਗਏ ਨੇ, ਜੋ 21/12/2023 ਨੂੰ ਹੋਈ ਸੀ, ਜਿਹਦੇ ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਜਿਹੜੀ ਆ ਖਾਰਜ ਕਰ ਦਿੱਤੀ ਗਈ ਸੀ। ਰਿਹਾਈ ਦਾ ਕੇਸ ਜੋ ਕਿ ਪਹਿਲਾਂ 3 ਵਾਰੀ ਡੈਫਰ ਕੀਤਾ ਗਿਆ ਸੀਗਾ, ਤੇ ਕੱਲ ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਸਾਡੇ ਜੇਲ੍ਹ ਮੰਤਰੀ ਵੱਲੋਂ ਰਿਕਮੈਂਡ ਕੀਤਾ ਗਿਆ ਸੀ, ਬਾਕੀ 6 ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਉਹਨਾਂ ਦੀ ਗੱਲ ਸਹੀ ਸੀ ਜੋ ਉਹਨਾਂ ਨੇ ਕੱਲ ਇੱਕ ਪਰਚਾ ਸੋਸ਼ਲ ਮੀਡੀਆ ਤੇ ਪਾਇਆ ਸੀ, ਆਈਟਮ ਨੰਬਰ 104 ਵਾਲਾ, ਉਹ ਇਨ ਬਿਨ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੇ ਮਿਨਰਸ ਆਫ ਮੀਟਿੰਗ ਆ ਉਹਦੇ ਵਿੱਚ ਲੱਗਿਆ ਹੋਇਆ, ਜਿਹਦੇ ਚ ਇਹ ਲਿਖਿਆ ਹੋਇਆ ਵੀ ਚੇਅਰਮੈਨ ਸਾਹਿਬ ਨੇ ਡਿਸੈਂਟ ਨੋਟ ਦਿੱਤਾ, ਉਹਨਾਂ ਨੇ ਕਿਹਾ ਵੀ ਭੁੱਲਰ ਸਾਹਿਬ ਦੀ ਰਿਹਾਈ ਹੋਣੀ ਚਾਹੀਦੀ ਆ, ਤੇ 6:1 ਦੇ ਨਾਲ ਉਹ ਜਿਹੜੀ ਰਿਹਾਈ ਆ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਰਿਜੈਕਟ ਕੀਤੀ ਗਈ ਆ। ਸੋ ਇਹਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹ ਦੱਸਿਆ ਜਾ ਰਿਹਾ ਵੀ ਸੈਂਟੈਂਸ ਰੂ ਬੋਰਡ ਦੇ ਵਿੱਚ ਸਾਰੇ 6 ਦੇ 6 ਬਾਕੀ ਬੰਦੇ ਜੋ ਬੀਜੇਪੀ ਨਾਲ ਸੰਬੰਧਿਤ ਆ ਸਾਡੀ ਸਪੋਰਟ ਨਹੀਂ ਕੀਤੀ, ਅਸੀਂ ਕਰਨਾ ਚਾਹੁੰਦੇ ਆ। ਤੇ ਜੇ ਦੇਖਿਆ ਜਾਵੇ ਤੇ ਉਹ ਜਿਹੜੇ ਆਫੀਸ਼ਲਸ ਹੈਗੇ ਆ, IAS IPS ਅਫਸਰ ਹੈਗੇ, ਸੋਸ਼ਲ ਵੈਲਫੇਅਰ ਦੇ ਡਾਇਰੈਕਟਰ ਆ, ਸੈਸ਼ਨ ਜੱਜ ਆ, ਸੋ ਉਹਨਾਂ ਨੂੰ ਅਸੀਂ ਬੀਜੇਪੀ ਦੇ ਬੰਦੇ ਨਹੀਂ ਕਹਿ ਸਕਦੇ। ਪਰ ਇਹ ਠੀਕ ਆ ਵੀ ਜੇ ਤੁਹਾਡੀ ਇਹ ਐਕਸਕਿਊਜ਼ ਹੈਗਾ ਵੀ ਅਸੀਂ ਕਰਨਾ ਚਾਹੁੰਦੇ ਆ, ਸੈਂਟੈਂਸ ਰਿਵਿਊ ਬੋਰਡ ਦੇ ਬਾਕੀ ਮੈਂਬਰ ਸਹਿਮਤ ਨਹੀਂ ਸੀ ਜਿਹਦੇ ਕਰਕੇ ਉਹ ਰਿਜੈਕਟ ਹੋ ਗਈ ਭੁੱਲਰ ਸਾਹਿਬ ਦੀ ਰਿਹਾਈ, ਤੇ ਉਹਨੂੰ LG ਨੇ ਅਪਰੂਵ ਵੀ ਦਿੱਤਾ ਉਸ ਮਿਨਟਸ ਆਫ ਜਿਹੜੇ ਮੀਟਿੰਗ ਹੈਗੇ ਆ। ਸੋ ਮੇਰਾ ਸੁਝਾਅ, ਇੱਕ ਨਿਕਾਤੀ ਸੁਝਾਅ ਹੈਗਾ ਕਿ ਜੇ SRB ਦੇ ਵਿੱਚ ਸੈਂਟੈਂਸ ਰੂ ਬੋਰਡ ਤੇ ਤੁਹਾਡਾ ਬਹੁਮਤ ਨਹੀਂ ਹੈਗਾ, ਤੇ ਜੈਲਲਿਤਾ ਸਰਕਾਰ ਵੱਲੋਂ ਜਿਵੇਂ ਉਹਨਾਂ ਨੇ ਰਾਜੀਵ ਗਾਂਧੀ ਕਤਲਕਾਂਡ ਦੇ ਦੋਸ਼ੀਆਂ ਨੂੰ ਛੱਡਣ ਵਾਸਤੇ ਕੈਬਨਿਟ ਦੇ ਵਿੱਚ ਮਤਾ ਪਾਸ ਕਰਕੇ ਗਵਰਨਰ ਨੂੰ ਭੇਜਿਆ ਸੀ, ਕੇਜਰੀਵਾਲ ਸਰਕਾਰ ਨੂੰ ਤੁਰੰਤ ਚਾਹੀਦਾ ਕਿ ਭੁੱਲਰ ਸਾਹਿਬ ਦੀ ਰਿਹਾਈ ਦੇ ਵਾਸਤੇ ਦਿੱਲੀ ਕੈਬਨਿਟ ਦੀ ਮੀਟਿੰਗ ਤੁਰੰਤ ਕਾਲ ਕਰਕੇ ਉਹਦੇ ਵਿੱਚ ਰਿਹਾਈ ਦਾ ਮਤਾ ਪਾਸ ਕੇ LG ਨੂੰ ਭੇਜਿਆ ਜਾਵੇ। ਸੋ ਤਾਂ ਜੋ ਭੁੱਲਰ ਸਾਹਿਬ ਦੀ ਰਿਹਾਈ ਆ ਉਹ ਸਹੀ ਰੂਪ ਦੇ ਵਿੱਚ ਹੋ ਸਕੇ, ਕਿਉਂਕਿ ਕੈਬਨਿਟ ਜਿਹੜੀ ਸਰਕਾਰ ਦੀ ਆਪਣੀ ਹੁੰਦੀ ਆ, ਉਹਦੇ ਵਿੱਚ ਕਿਸੇ ਪਾਰਟੀ ਦਾ ਦਖਲ ਨਹੀਂ ਹੁੰਦਾ। ਸੋ ਇਹ ਸੁਝਾਅ ਨੋਟ ਕਰਕੇ ਤੁਰੰਤ ਭੁੱਲਰ ਸਾਹਿਬ ਦੀ ਰਿਹਾਈ ਜਿਹੜੀ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਦੇ ਸੰਬੰਧ ਵਿੱਚ ਜੋ ਘਟਨਾਕ੍ਰਮ ਚੱਲ ਰਿਹਾ ਹੈ, ਅੱਜ 24 ਜਨਵਰੀ 2024 ਨੂੰ ਜਿਹੜੇ ਮਿਨਟਸ ਆਫ ਸੈਂਟੈਂਸ ਰਿਵਿਊ ਬੋਰਡ ਮੀਟਿੰਗ ਦੇ ਸੀਗੇ ਉਹ ਅਪਲੋਡ ਹੋ ਗਏ ਨੇ, ਜੋ 21/12/2023 ਨੂੰ ਹੋਈ ਸੀ, ਜਿਹਦੇ ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਜਿਹੜੀ ਆ ਖਾਰਜ ਕਰ ਦਿੱਤੀ ਗਈ ਸੀ। ਰਿਹਾਈ ਦਾ ਕੇਸ ਜੋ ਕਿ ਪਹਿਲਾਂ 3 ਵਾਰੀ ਡੈਫਰ ਕੀਤਾ ਗਿਆ ਸੀਗਾ, ਤੇ ਕੱਲ ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਸਾਡੇ ਜੇਲ੍ਹ ਮੰਤਰੀ ਵੱਲੋਂ ਰਿਕਮੈਂਡ ਕੀਤਾ ਗਿਆ ਸੀ, ਬਾਕੀ 6 ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਉਹਨਾਂ ਦੀ ਗੱਲ ਸਹੀ ਸੀ ਜੋ ਉਹਨਾਂ ਨੇ ਕੱਲ ਇੱਕ ਪਰਚਾ ਸੋਸ਼ਲ ਮੀਡੀਆ ਤੇ ਪਾਇਆ ਸੀ, ਆਈਟਮ ਨੰਬਰ 104 ਵਾਲਾ, ਉਹ ਇਨ ਬਿਨ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੇ ਮਿਨਰਸ ਆਫ ਮੀਟਿੰਗ ਆ ਉਹਦੇ ਵਿੱਚ ਲੱਗਿਆ ਹੋਇਆ, ਜਿਹਦੇ ਚ ਇਹ ਲਿਖਿਆ ਹੋਇਆ ਵੀ ਚੇਅਰਮੈਨ ਸਾਹਿਬ ਨੇ ਡਿਸੈਂਟ ਨੋਟ ਦਿੱਤਾ, ਉਹਨਾਂ ਨੇ ਕਿਹਾ ਵੀ ਭੁੱਲਰ ਸਾਹਿਬ ਦੀ ਰਿਹਾਈ ਹੋਣੀ ਚਾਹੀਦੀ ਆ, ਤੇ 6:1 ਦੇ ਨਾਲ ਉਹ ਜਿਹੜੀ ਰਿਹਾਈ ਆ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਰਿਜੈਕਟ ਕੀਤੀ ਗਈ ਆ। ਸੋ ਇਹਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹ ਦੱਸਿਆ ਜਾ ਰਿਹਾ ਵੀ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਸਾਰੇ 6 ਦੇ 6 ਬਾਕੀ ਬੰਦੇ ਜੋ ਬੀਜੇਪੀ ਨਾਲ ਸੰਬੰਧਿਤ ਆ ਸਾਡੀ ਸਪੋਰਟ ਨਹੀਂ ਕੀਤੀ, ਅਸੀਂ ਕਰਨਾ ਚਾਹੁੰਦੇ ਆ। ਤੇ ਜੇ ਦੇਖਿਆ ਜਾਵੇ ਤੇ ਉਹ ਜਿਹੜੇ ਆਫੀਸ਼ਲਸ ਹੈਗੇ ਆ, IAS IPS ਅਫਸਰ ਹੈਗੇ, ਸੋਸ਼ਲ ਵੈਲਫੇਅਰ ਦੇ ਡਾਇਰੈਕਟਰ ਆ, ਸੈਸ਼ਨ ਜੱਜ ਆ, ਸੋ ਉਹਨਾਂ ਨੂੰ ਅਸੀਂ ਬੀਜੇਪੀ ਦੇ ਬੰਦੇ ਨਹੀਂ ਕਹਿ ਸਕਦੇ। ਪਰ ਇਹ ਠੀਕ ਆ ਵੀ ਜੇ ਤੁਹਾਡੀ ਇਹ ਐਕਸਕਿਊਜ਼ ਹੈਗਾ ਵੀ ਅਸੀਂ ਕਰਨਾ ਚਾਹੁੰਦੇ ਆ, ਸੈਂਟੈਂਸ ਰਿਵਿਊ ਬੋਰਡ ਦੇ ਬਾਕੀ ਮੈਂਬਰ ਸਹਿਮਤ ਨਹੀਂ ਸੀ ਜਿਹਦੇ ਕਰਕੇ
ਇਹ ਉਹ ਰਿਜੈਕਟ ਹੋ ਗਈ ਭੁੱਲਰ ਸਾਹਿਬ ਦੀ ਰਿਹਾਈ ਤੇ ਉਹਨੂੰ ਐਲ ਜੀ ਨੇ ਅਪਰੂਵ ਵੀ ਦਿੱਤਾ ਉਸ ਮਿਨਟਸ ਆਫ ਜਿਹੜੇ ਮੀਟਿੰਗ ਹੈਗੇ ਆ। ਸੋ ਮੇਰਾ ਸੁਝਾਅ ਇੱਕ ਨਕਾਤੀ ਸੁਝਾਅ ਹੈਗਾ ਕਿ ਜੇ ਐਸ ਆਰ ਬੀ ਦੇ ਵਿੱਚ ਸੈਂਟੈਂਸ ਨੂੰ ਬੋਲ ਤੇ ਤੁਹਾਡਾ ਬਹੁਮਤ ਨਹੀਂ ਹੈਗਾ ਤੇ ਜੈਲਲਿਤਾ ਸਰਕਾਰ ਵੱਲੋਂ ਜਿਵੇਂ ਉਹਨਾਂ ਨੇ ਰਾਜੀਵ ਗਾਂਧੀ ਇਹ ਕਤਲਕਾਂਡ ਦੇ ਦੋਸ਼ੀਆਂ ਨੂੰ ਛੱਡਣ ਵਾਸਤੇ ਕੈਬਨਿਟ ਦੇ ਵਿੱਚ ਮਤਾ ਪਾਸ ਕਰਕੇ ਗਵਰਨਰ ਨੂੰ ਭੇਜਿਆ ਸੀ, ਕੇਜਰੀਵਾਲ ਸਰਕਾਰ ਨੂੰ ਤੁਰੰਤ ਚਾਹੀਦਾ ਕਿ ਭੁੱਲਰ ਸਾਹਿਬ ਦੀ ਰਿਹਾਈ ਦੇ ਵਾਸਤੇ ਦਿੱਲੀ ਕੈਬਨਿਟ ਦੀ ਮੀਟਿੰਗ ਤੁਰੰਤ ਕਾਲ ਕਰਕੇ ਉਹਦੇ ਵਿੱਚ ਰਿਹਾਈ ਦਾ ਮਤਾ ਪਾਸ ਕੇ ਐਲ ਜੀ ਨੂੰ ਭੇਜਿਆ ਜਾਵੇ। ਸੋ ਤਾਂ ਜੋ ਭੁੱਲਰ ਸਾਹਿਬ ਦੀ ਰਿਹਾਈ ਆ ਉਹ ਸਹੀ ਰੂਪ ਦੇ ਵਿੱਚ ਹੋ ਸਕੇ, ਕਿਉਂਕਿ ਕੈਬਨਿਟ ਜਿਹੜੀ ਸਰਕਾਰ ਦੀ ਆਪਣੀ ਹੁੰਦੀ ਆ, ਉਹਦੇ ਵਿੱਚ ਕਿਸੇ ਪਾਰਟੀ ਦਾ ਦਖਲ ਨਹੀਂ ਹੁੰਦਾ। ਸੋ ਇਹ ਸੁਝਾਅ ਨੋਟ ਕਰਕੇ ਤੁਰੰਤ ਭੁੱਲਰ ਸਾਹਿਬ ਦੀ ਰਿਹਾਈ ਜਿਹੜੀ ਕੀਤੀ ਜਾਵੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਦੇ ਸੰਬੰਧ ਵਿੱਚ ਜੋ ਘਟਨਾਕ੍ਰਮ ਚੱਲ ਰਿਹਾ ਹੈ, ਅੱਜ 24 ਜਨਵਰੀ 2024 ਨੂੰ ਇਹ ਜਿਹੜੇ ਮਿਨਟਸ ਆਫ ਸੈਂਟੈਂਸ ਰਿਵਿਊ ਬੋਰਡ ਮੀਟਿੰਗ ਦੇ ਸੀਗੇ ਉਹ ਅਪਲੋਡ ਹੋ ਗਏ ਨੇ, ਜੋ 21/12/2023 ਨੂੰ ਹੋਈ ਸੀ, ਜਿਹਦੇ ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਜਿਹੜੀ ਆ ਖਾਰਜ ਕਰ ਦਿੱਤੀ ਗਈ ਸੀ। ਰਿਹਾਈ ਦਾ ਕੇਸ ਜੋ ਕਿ ਪਹਿਲਾਂ 3 ਵਾਰੀ ਡੈਫਰ ਕੀਤਾ ਗਿਆ ਸੀਗਾ, ਤੇ ਕੱਲ ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਸਾਡੇ ਜੇਲ੍ਹ ਮੰਤਰੀ ਵੱਲੋਂ ਰਿਕਮੈਂਡ ਕੀਤਾ ਗਿਆ ਸੀ, ਬਾਕੀ 6 ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਉਹਨਾਂ ਦੀ ਗੱਲ ਸਹੀ ਸੀ ਜੋ ਉਹਨਾਂ ਨੇ ਕੱਲ ਇੱਕ ਪਰਚਾ ਸੋਸ਼ਲ ਮੀਡੀਆ ਤੇ ਪਾਇਆ ਸੀ ਆਈਟਮ ਨੰਬਰ 104 ਵਾਲਾ, ਉਹ ਇਨ ਬਿਨ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੇ ਮਿਨਰਸ ਆਫ ਮੀਟਿੰਗ ਆ ਉਹਦੇ ਵਿੱਚ ਲੱਗਿਆ ਹੋਇਆ, ਜਿਹਦੇ ਚ ਇਹ ਲਿਖਿਆ ਹੋਇਆ ਵੀ ਚੇਅਰਮੈਨ ਸਾਹਿਬ ਨੇ ਡਿਸੈਂਟ ਨੋਟ ਦਿੱਤਾ, ਉਹਨਾਂ ਨੇ ਕਿਹਾ ਵੀ ਭੁੱਲਰ ਸਾਹਿਬ ਦੀ ਰਿਹਾਈ ਹੋਣੀ ਚਾਹੀਦੀ ਆ ਤੇ 6:1 ਦੇ ਨਾਲ ਉਹ ਜਿਹੜੀ ਰਿਹਾਈ ਆ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਰਿਜੈਕਟ ਕੀਤੀ ਗਈ ਆ। ਸੋ ਇਹਦੇ ਸੰਬੰਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹ ਦੱਸਿਆ ਜਾ ਰਿਹਾ ਵੀ ਸੈਂਟੈਂਸ ਰੂ ਬੋਰਡ ਦੇ ਵਿੱਚ ਸਾਰੇ 6 ਦੇ 6 ਬਾਕੀ ਬੰਦੇ ਜੋ ਬੀਜੇਪੀ ਨਾਲ ਸੰਬੰਧਿਤ ਆ ਸਾਡੀ ਸਪੋਰਟ ਨਹੀਂ ਕੀਤੀ, ਅਸੀਂ ਕਰਨਾ ਚਾਹੁੰਦੇ ਆ। ਤੇ ਜੇ ਦੇਖਿਆ ਜਾਵੇ ਤੇ ਉਹ ਜਿਹੜੇ ਆਫੀਸ਼ਲਸ ਹੈਗੇ ਆ, IAS IPS ਅਫਸਰ ਹੈਗੇ, ਸੋਸ਼ਲ ਵੈਲਫੇਅਰ ਦੇ ਡਾਇਰੈਕਟਰ ਆ, ਸੈਸ਼ਨ ਜੱਜ ਆ, ਸੋ ਉਹਨਾਂ ਨੂੰ ਅਸੀਂ ਬੀਜੇਪੀ ਦੇ ਬੰਦੇ ਨਹੀਂ ਕਹਿ ਸਕਦੇ। ਪਰ ਇਹ ਠੀਕ ਹੈ ਵੀ ਜੇ ਤੁਹਾਡੀ ਇਹ ਐਕਸਕਿਊਜ਼ ਹੈਗਾ ਵੀ ਅਸੀਂ ਕਰਨਾ ਚਾਹੁੰਦੇ ਆ, ਸੈਂਟੈਂਸ ਰਿਵਿਊ ਬੋਰਡ ਦੇ ਬਾਕੀ ਮੈਂਬਰ ਸਹਿਮਤ ਨਹੀਂ ਸੀ, ਜਿਹਦੇ ਕਰਕੇ ਇਹ ਉਹ ਰਿਜੈਕਟ ਹੋ ਗਈ ਭੁੱਲਰ ਸਾਹਿਬ ਦੀ ਰਿਹਾਈ ਤੇ ਉਹਨੂੰ ਐਲ ਜੀ ਨੇ ਅਪਰੂਵ ਵੀ ਦਿੱਤਾ ਉਸ ਮਿਨਟਸ ਆਫ ਜਿਹੜੇ ਮੀਟਿੰਗ ਹੈਗੇ ਆ। ਸੋ ਮੇਰਾ ਸੁਝਾਅ ਇੱਕ ਨਕਾਤੀ ਸੁਝਾਅ ਹੈਗਾ ਕਿ ਜੇ ਐਸ ਆਰ ਬੀ ਦੇ ਵਿੱਚ ਸੈਂਟੈਂਸ ਰਿਵਿਊ ਬੋਰਡ ਤੇ ਤੁਹਾਡਾ ਬਹੁਮਤ ਨਹੀਂ ਹੈਗਾ ਤੇ ਜੈਲਲਿਤਾ ਸਰਕਾਰ ਵੱਲੋਂ ਜਿਵੇਂ ਉਹਨਾਂ ਨੇ ਰਾਜੀਵ ਗਾਂਧੀ ਇਹ ਕਤਲਕਾਂਡ ਦੇ ਦੋਸ਼ੀਆਂ ਨੂੰ ਛੱਡਣ ਵਾਸਤੇ ਕੈਬਨਿਟ ਦੇ ਵਿੱਚ ਮਤਾ ਪਾਸ ਕਰਕੇ ਗਵਰਨਰ ਨੂੰ ਭੇਜਿਆ ਸੀ, ਕੇਜਰੀਵਾਲ ਸਰਕਾਰ ਨੂੰ ਤੁਰੰਤ ਚਾਹੀਦਾ ਕਿ ਭੁੱਲਰ ਸਾਹਿਬ ਦੀ ਰਿਹਾਈ ਦੇ ਵਾਸਤੇ ਦਿੱਲੀ ਕੈਬਨਿਟ ਦੀ ਮੀਟਿੰਗ ਤੁਰੰਤ ਕਾਲ ਕਰਕੇ ਉਹਦੇ ਵਿੱਚ ਰਿਹਾਈ ਦਾ ਮਤਾ ਪਾਸ ਕੇ ਐਲ ਜੀ ਨੂੰ ਭੇਜਿਆ ਜਾਵੇ। ਸੋ ਤਾਂ ਜੋ ਭੁੱਲਰ ਸਾਹਿਬ ਦੀ ਰਿਹਾਈ ਆ ਉਹ ਸਹੀ ਰੂਪ ਦੇ ਵਿੱਚ ਹੋ ਸਕੇ, ਕਿਉਂਕਿ ਕੈਬਨਿਟ ਜਿਹੜੀ ਸਰਕਾਰ ਦੀ ਆਪਣੀ ਹੁੰਦੀ ਆ, ਉਹਦੇ ਵਿੱਚ ਕਿਸੇ ਪਾਰਟੀ ਦਾ ਦਖਲ ਨਹੀਂ ਹੁੰਦਾ। ਸੋ ਇਹ ਸੁਝਾਅ ਨੋਟ ਕਰਕੇ ਤੁਰੰਤ ਭੁੱਲਰ ਸਾਹਿਬ ਦੀ ਰਿਹਾਈ ਜਿਹੜੀ ਕੀਤੀ ਜਾਵੇ। ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਦੇ ਸੰਬੰਧ ਵਿੱਚ ਜੋ ਘਟਨਾਕ੍ਰਮ ਚੱਲ ਰਿਹਾ ਹੈ, ਅੱਜ 24 ਜਨਵਰੀ 2024 ਨੂੰ ਇਹ ਜਿਹੜੇ ਮਿਨਟਸ ਆਫ ਸੈਂਟੈਂਸ ਰਿਵਿਊ ਬੋਰਡ ਮੀਟਿੰਗ ਦੇ ਸੀਗੇ ਉਹ ਅਪਲੋਡ ਹੋ ਗਏ ਨੇ, ਜੋ 21/12/2023 ਨੂੰ ਹੋਈ ਸੀ, ਜਿਹਦੇ ਚ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਹੁਣਾਂ ਦੀ ਰਿਹਾਈ ਜਿਹੜੀ ਆ ਖਾਰਜ ਕਰ ਦਿੱਤੀ ਗਈ ਸੀ। ਰਿਹਾਈ ਦਾ ਕੇਸ ਜੋ ਕਿ ਪਹਿਲਾਂ 3 ਵਾਰੀ ਡੈਫਰ ਕੀਤਾ ਗਿਆ ਸੀਗਾ, ਤੇ ਕੱਲ ਮਾਲਵਿੰਦਰ ਸਿੰਘ ਕੰਗ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਸੀ ਕਿ ਸਾਡੇ ਜੇਲ੍ਹ ਮੰਤਰੀ ਵੱਲੋਂ ਰਿਕਮੈਂਡ ਕੀਤਾ ਗਿਆ ਸੀ, ਬਾਕੀ 6 ਮੈਂਬਰਾਂ ਵੱਲੋਂ ਵਿਰੋਧ ਕੀਤਾ ਗਿਆ ਸੀ। ਉਹਨਾਂ ਦੀ ਗੱਲ ਸਹੀ ਸੀ ਜੋ ਉਹਨਾਂ ਨੇ ਕੱਲ ਇੱਕ ਪਰਚਾ ਸੋਸ਼ਲ ਮੀਡੀਆ ਤੇ ਪਾਇਆ ਸੀ ਆਈਟਮ ਨੰਬਰ 104 ਵਾਲਾ,
ਉਹ ਇਨ ਬਿਨ ਸੈਂਟੈਂਸ ਰਿਵਿਊ ਬੋਰਡ ਦੀ ਜਿਹੜੇ ਮਿਨਰਸ ਆਫ ਮੀਟਿੰਗ ਆ ਉਹਦੇ ਵਿੱਚ ਲੱਗਿਆ ਹੋਇਆ, ਜਿਹਦੇ ਚ ਇਹ ਲਿਖਿਆ ਹੋਇਆ ਵੀ ਚੇਅਰਮੈਨ ਸਾਹਿਬ ਨੇ ਡਿਸੈਂਟ ਨੋਟ ਦਿੱਤਾ, ਉਹਨਾਂ ਨੇ ਕਿਹਾ ਵੀ ਭੁੱਲਰ ਸਾਹਿਬ ਦੀ ਰਿਹਾਈ ਹੋਣੀ ਚਾਹੀਦੀ ਆ ਤੇ 6:1 ਦੇ ਨਾਲ ਉਹ ਜਿਹੜੀ ਰਿਹਾਈ ਆ ਭੁੱਲਰ ਸਾਹਿਬ ਦੀ ਜਿਹੜੀ ਆ ਉਹ ਰਿਜੈਕਟ ਕੀਤੀ ਗਈ ਆ। ਸੋ ਇਹਦੇ ਸਬੰਧ ਵਿੱਚ ਆਮ ਆਦਮੀ ਪਾਰਟੀ ਵੱਲੋਂ ਇਹ ਦੱਸਿਆ ਜਾ ਰਿਹਾ ਵੀ ਸੈਂਟੈਂਸ ਰਿਵਿਊ ਬੋਰਡ ਦੇ ਵਿੱਚ ਸਾਰੇ 6 ਦੇ 6 ਬਾਕੀ ਬੰਦੇ ਜੋ ਬੀਜੇਪੀ ਨਾਲ ਸੰਬੰਧਿਤ ਆ ਸਾਡੀ ਸਪੋਰਟ ਨਹੀਂ ਕੀਤੀ, ਅਸੀਂ ਕਰਨਾ ਚਾਹੁੰਦੇ ਆ। ਤੇ ਜੇ ਦੇਖਿਆ ਜਾਵੇ ਤੇ ਉਹ ਜਿਹੜੇ ਆਫੀਸ਼ਲਸ ਹੈਗੇ ਆ IAS IPS ਅਫਸਰ ਹੈਗੇ, ਸੋਸ਼ਲ ਵੈਲਫੇਅਰ ਦੇ ਡਾਇਰੈਕਟਰ ਆ, ਸੈਸ਼ਨ ਜੱਜ ਆ, ਸੋ ਉਹਨਾਂ ਨੂੰ ਅਸੀਂ ਬੀਜੇਪੀ ਦੇ ਬੰਦੇ ਨਹੀਂ ਕਹਿ ਸਕਦੇ। ਪਰ ਇਹ ਠੀਕ ਹੈ ਵੀ ਜੇ ਤੁਹਾਡੀ ਇਹ ਐਕਸਕਿਊਜ਼ ਹੈਗਾ ਵੀ ਅਸੀਂ ਕਰਨਾ ਚਾਹੁੰਦੇ ਆ ਸੈਂਟੈਂਸ ਰਿਵਿਊ ਬੋਰਡ ਦੇ ਬਾਕੀ ਮੈਂਬਰ ਸਹਿਮਤ ਨਹੀਂ ਸੀ ਜਿਹਦੇ ਕਰਕੇ ਇਹ ਉਹ ਰਿਜੈਕਟ ਹੋ ਗਈ ਭੁੱਲਰ ਸਾਹਿਬ ਦੀ ਰਿਹਾਈ, ਤੇ ਉਹਨੂੰ LG ਨੇ ਅਪਰੂਵ ਵੀ ਦਿੱਤਾ ਉਸ ਮਿਨਟਸ ਆਫ ਜਿਹੜੇ ਮੀਟਿੰਗ ਹੈਗੇ ਆ। ਸੋ ਮੇਰਾ ਸੁਝਾਅ, ਇੱਕ ਨਿਕਾਤੀ ਸੁਝਾਅ ਹੈਗਾ ਕਿ ਜੇ SRB ਦੇ ਵਿੱਚ ਸੈਂਟੈਂਸ ਰਿਵਿਊ ਬੋਰਡ ਤੇ ਤੁਹਾਡਾ ਬਹੁਮਤ ਨਹੀਂ ਹੈਗਾ ਤੇ ਜੈਲਲਿਤਾ ਸਰਕਾਰ ਵੱਲੋਂ ਜਿਵੇਂ ਉਹਨਾਂ ਨੇ ਰਾਜੀਵ ਗਾਂਧੀ ਇਹ ਕਤਲਕਾਂਡ ਦੇ ਦੋਸ਼ੀਆਂ ਨੂੰ ਛੱਡਣ ਵਾਸਤੇ ਕੈਬਨਿਟ ਦੇ ਵਿੱਚ ਮਤਾ ਪਾਸ ਕਰਕੇ ਗਵਰਨਰ ਨੂੰ ਭੇਜਿਆ ਸੀ, ਕੇਜਰੀਵਾਲ ਸਰਕਾਰ ਨੂੰ ਤੁਰੰਤ ਚਾਹੀਦਾ ਕਿ ਭੁੱਲਰ ਸਾਹਿਬ ਦੀ ਰਿਹਾਈ ਦੇ ਵਾਸਤੇ ਦਿੱਲੀ ਕੈਬਨਿਟ ਦੀ ਮੀਟਿੰਗ ਤੁਰੰਤ ਕਾਲ ਕਰਕੇ ਉਹਦੇ ਵਿੱਚ ਰਿਹਾਈ ਦਾ ਮਤਾ ਪਾਸ ਕੇ LG ਨੂੰ ਭੇਜਿਆ ਜਾਵੇ। ਸੋ ਤਾਂ ਜੋ ਭੁੱਲਰ ਸਾਹਿਬ ਦੀ ਰਿਹਾਈ ਆ ਉਹ ਸਹੀ ਰੂਪ ਦੇ ਵਿੱਚ ਹੋ ਸਕੇ, ਕਿਉਂਕਿ ਕੈਬਨਿਟ ਜਿਹੜੀ ਸਰਕਾਰ ਦੀ ਆਪਣੀ ਹੁੰਦੀ ਆ, ਉਹਦੇ ਵਿੱਚ ਕਿਸੇ ਪਾਰਟੀ ਦਾ ਦਖਲ ਨਹੀਂ ਹੁੰਦਾ। ਸੋ ਇਹ ਸੁਝਾਅ ਨੋਟ ਕਰਕੇ ਤੁਰੰਤ ਭੁੱਲਰ ਸਾਹਿਬ ਦੀ ਰਿਹਾਈ ਜਿਹੜੀ ਕੀਤੀ ਜਾਵੇ।